खाना बन गया है, सुबह उठ कर काम पे चले जाइए। बीबी जी बोल के गई थी साहब को खाना खिला देना सुबह उठाकर, बहुत जिल्ले है साहब जी। छे बजे सवेर दे धुप हुण आ गई आ पहाड़ां दे उत्ते, ते थले दे जे कम ठंड वाले ही आ। लोकां ने सिर्फ इत्थे ही नहीं कैंपिंग जी कीती, इधर भी अंदर है ना थावां जिहां बणियां दूर दूर तक विच विच कैंप जे, ते गड्डियां ही दिख रहीआं। कई लोग जस्ट नॉर्मल कार लैके आए तो नाल कैंपिंग वाला समान जहा लैके टेंट टुंट जहाँ आए तो सौ वो टेंट जहा कड के गए, जिमें आ देखो अगे भी इदा ही है, वाह लम्मा ही है कम, अजे उदा मजोरिटी दुनिया सुती है। उत्थे तेनरीफ अपने टापू तो अं कैंपिंग कुंपिंग कर जाने ना जो, तो असी तो रात निश्चिंत हो गए फ्री का, क्योंकि एक बार पूछ लिया ही उत्थे किसी ने भी इतने कोई योजा रात को कोई जीव जूव जो डर की लड़ आ सप सुप, वो कहते इदा का कुछ नहीं इतने हैगा, तो डरन की कोई लड़ नहीं। पर इत बंद एक तो आप नवे हाँ, तो एक लोग मोस्टली आते हैं भी भालू भूलू इतने अक्सर टक्कर जाते हैं, खासकर अं उदा घूमत वीर भी दसन डे एक दिन कैंपिंग कर गए, तो कहते हैं टेंट के बहरली साइड आ गया ब्लैक बेयर जो बाला तकड़ा हों, सो इतने ये माड़ा जहा डर लगता वा दूर दुराडे जाने जंगल जंगल दे, क्योंकि जो इतों के लोकल रहन वाले आ उन्होंने थोड़ा बहुत हिसाब भी हैगा भी जिह जी सिचुएशन बन भी जाए अपना सामना हो भी जाए तो आप कि रिएक्ट करना, सो आप अजे बाला पता नहीं गा, दिल भी करता कि सामना हो ही जाए पर दूसरी साइड भी आता भी करेंगे की आ जड़े पीले ट्रक वाले डेनमार्क वाले आ उन्होंने साइड पर झंडे लाए आ कि कड़ियाँ कड़ियाँ कंट्रिया चो आए आ, सो यूरोपियन तो आई थिंक जड़िया मेन मेन सारिया हो के बाद फिनलैंड, तो फिनलैंड तो कैनेडा वड़े आ। यूरोप इदा दी होंगे मोस्टली जड़िया आरवीज होंगे ना ज़्यादा कंपैक्ट ही होंगे वा, तो शेप जी भी उदा दी होंगी है। गर्म हो रही जी गड्डी, मुंडा ट्रक वाला, तो ट्रक वाला हरे हरिया चीज़ों की गौर जारी करता वा। तेल जरूर फुल करा लियो,
ਕਿਉਂਕਿ ਰਸਤੇ ਦੇ ਵਿੱਚ ਨਾ ਤਾਂ ਕਵਰੇਜ ਹੀ ਆਉਂਦੀ ਹੈ ਤੇ ਨਾ ਕੋਈ ਗੈਸ ਸਟੇਸ਼ਨ ਹੀ ਆਉਂਦਾ ਸੋ ਫਾਰ ਅਸੀਂ ਕੋਈ ਨਹੀਂ ਦੇਖਿਆ ਸ਼ਾਇਦ ਕਿਤੇ ਹੋਵੇ ਹੈ ਨਹੀਂ ਭਾਜੀ ਪਰ ਅਸੀਂ ਨਹੀਂ ਦੇਖਿਆ ਕਿਤੇ ਵੀ ਹਨਾ ਸੋ ਜੇ ਤੇਲ ਥੋੜਾ ਹੋਵੇ ਤੇ ਸਟਕ ਹੋ ਜਾਓਗੇ ਤੇ ਮੇਕ ਸ਼ੋਰ ਕਰ ਲਓ ਐਂਟਰ ਹੋਣ ਤੋਂ ਪਹਿਲਾਂ ਆਪਣੇ ਸੱਜਣ ਪਿਆਰਿਆਂ ਨੂੰ ਵੀ ਕਹਿ ਦਿਓ ਕਿ ਮਹਾਰਾਜ ਰੇਂਜ ਨਹੀਂ ਆਉਣੀ ਰਸਤੇ ਦੇ ਵਿੱਚ ਸੋ ਫਿਕਰ ਨਾ ਕਰਿਓ ਸਵੇਰੇ ਸਵੇਰੇ ਤੁਰਨ ਦਾ ਨਾ ਇੱਕ ਬਹੁਤ ਫਾਇਦਾ ਹੋਇਆ ਕਿ ਰਾਹਾਂ ਦੇ ਵਿੱਚ ਤਾਂ ਜੇ ਛਾਂ ਹੀ ਸੀ ਪਰ ਪਹਾੜਾਂ ਦੀਆਂ ਚੋਟੀਆਂ 'ਤੇ ਸੂਰਜ ਪੈਂਦਾ ਸੀ ਸੋ ਪਹਾੜ ਬਹੁਤ ਸੋਹਣੇ ਲੱਗਦੇ ਸੀ ਆਹ ਹੁਣ ਆਪਾਂ ਆ ਗਏ ਹਾਂ ਆਲਮੋਸਟ ਹੀ ਹੈ ਨਾ ਜਸਪਰ ਨੈਸ਼ਨਲ ਪਾਰਕ ਦੇ ਵਿੱਚ ਹੀ ਹਾਂ ਜੀ ਪੀ ਐੱਸ ਦਾ ਕੋਈ ਪਿੰਨ ਪੁਆਇੰਟ ਹੁੰਦਾ ਵਾ ਉਹਦੇ ਪਿੰਨ ਪੁਆਇੰਟ ਤੋਂ ਪੰਜ 3-4 ਕਿਲੋਮੀਟਰ ਦੂਰ ਆ ਏਰੀਆ ਇਹ ਉਹੀ ਆ ਜਸਪਰ ਬਹੁਤ ਸੋਹਣਾ ਰਾਹ ਦੇ ਵਿੱਚ ਵਾਟਰਫਾਲ ਵਗੈਰਾ ਬਹੁਤ ਯਾਰ ਰੁਕਦਾ ਜਾਵੇ ਸਾਨੂੰ ਥੋੜ੍ਹੀ ਜਿਹੀ ਕਾਹਲੀ ਤਾਂ ਸੀ ਇੱਕ ਤਾਂ ਸਵੇਰੇ ਉੱਠ ਕੇ ਜਾਣ ਦੀ ਵੀ ਕਿਤੇ ਕਵਰੇਜ ਲੱਭ ਲਾਂਗੇ ਪਰ ਕਿਤੇ ਨਹੀਂ ਆਈ ਫੋਨ ਦੀ ਕਵਰੇਜ ਕਿਉਂਕਿ ਮੈਂ ਨਾ ਕੱਲ੍ਹ ਕੈਲਗਰੀ ਤੋਂ ਇੱਕ ਵੀਡੀਓ ਲਾ ਤੀ ਸਕੈਚੁਅਲ 'ਤੇ ਯੂਟਿਊਬ 'ਤੇ ਟਰੱਕਾਂ ਬਾਰੇ ਆ ਉਹ ਤੁਸੀਂ ਦੇਖ ਹੀ ਲੈਣੀ ਅਤੇ ਉਹਦੇ ਮੈਂ ਟਾਈਟਲ ਵਗੈਰਾ ਕੁਛ ਵੀ ਨਹੀਂ ਪਾਇਆ ਉਹ ਮੈਂ ਚਾੜ੍ਹਤੀ ਮੈਂ ਕਿਹਾ ਬਾਅਦ 'ਚ ਸੋਚ ਕੇ ਕੁਛ ਨਾ ਕੁਛ ਟਾਈਟਲ ਵਗੈਰਾ ਪਾਊਂਗਾ ਅਤੇ ਉਹਦੇ 'ਤੇ ਆਈ ਥਿੰਕ ਪਤਾ ਨਹੀਂ ਟਰੱਕ ਇਕੱਲਾ ਲਿਖਿਆ ਕਿ ਕੈਨੇਡਾ ਟਰੱਕ ਲਿਖਿਆ ਕਿ ਮੈਂ ਵੀਡੀਓ ਟਰੱਕਾਂ ਬਾਰੇ ਅਤੇ ਮੈਂ ਕਿਹਾ ਯਾਰ ਉਹ ਇੱਦਾਂ ਹੀ ਅਪਲੋਡ ਹੋ ਜਾਣੀ ਆ ਅਤੇ ਉੱਤੇ ਨਾ ਕੋਈ ਆਪਾਂ ਕੁਛ ਵੀ ਨਹੀਂ ਲਿਖਿਆ ਉਹ ਹੁਣ ਆਈ ਥਿੰਕ ਇੱਦਾਂ ਹੀ ਚੜ੍ਹ ਜਾਣੀ ਅੱਜ ਅਤੇ ਐਨੀਵੇ ਕੋਈ ਨਾ ਹੁਣ ਤਾਂ ਉਹਦੇ ਕਰਕੇ ਕਾਲਜੀ ਸੀ ਵੀ ਕਿਤੇ ਕਵਰੇਜ ਲੱਭ ਜੇ ਹਾਂ 8 ਵਜੇ ਤੋਂ ਪਹਿਲਾਂ ਪਹਿਲਾਂ ਮੈਂ ਕੈਲਗਰੀ ਦੇ 8 ਵਜੇ ਦੇ ਹਿਸਾਬ ਨਾਲ ਸਕੈਜੂਅਲ ਲਾਈ ਸੀ ਹੁਣ ਤਾਂ 10 ਮਿੰਟ ਹੀ ਰਹਿ ਗਏ 8 ਵਜਣ ਦੇ ਵਿੱਚ ਹੁਣ ਗਿਆ ਹੁਣ ਆਪਾਂ ਨੂੰ ਕੋਈ ਕਾਲ ਨਹੀਂ ਹੁਣ ਆਪਾਂ ਤਸੱਲੀ ਨਾਲ ਦੇਖਦੇ ਜਾਵਾਂਗੇ ਧੁੱਪ ਵੈਦਰ 2-3 ਸੋਹਣਾ ਸੀ ਕੱਲ੍ਹ ਵੀ ਵਧੀਆ ਸੀ ਅੱਜ ਵੀ ਧੁੱਪ ਲੱਗੀ ਹੈ ਵਧੀਆ ਉਹ ਵਾਲੇ ਨਿਸ਼ਾਨਾਂ ਦੇ ਨਹੀਂ ਸਮਝ ਆਈ ਕਿ ਉਹ ਪੱਥਰ ਪੁੱਥਰ ਹੀ ਡਿੱਗੇ ਆ ਉਹਨਾਂ ਦੇ ਨਿਸ਼ਾਨ ਆ ਜਾਂ ਕੋਈ ਪੰਛੀਆਂ ਨੇ ਪਾਏ ਆ ਜਾਂ ਕੋਈ ਛੋਟਾ ਮੋਟਾ ਹੋਰ ਜੀਵ ਆ ਅਤੇ ਇਹਦੇ ਨਾਲ ਹੀ ਵਾਲੇ ਖੱਬੇ ਹੱਥ ਆ ਇਹ ਤਾਂ ਇਨਸਾਨੀ ਜੀਵ ਨਹੀਂ ਪਾਏ ਲੱਗਦੇ ਇਹ ਉਹ ਆ ਸਕੀਇੰਗ ਵਾਲੇ ਹਾਂ ਇੱਥੇ ਇਨਫੋਰਮੇਸ਼ਨ ਵਾਲੇ ਬੋਰਡ 'ਚ ਲੱਗੇ ਪਏ ਅਤੇ ਮੈਨੂੰ ਦੂਰੋਂ ਹੀ ਲੱਗਾ ਮੈਂ ਕਿਹਾ ਜਿਵੇਂ ਗੋਲੀਆਂ ਵੱਜੀਆਂ ਹੁੰਦੀਆਂ ਇਹਦਾ ਮੈਨੂੰ ਚਲੋ ਪਤਾ ਨਹੀਂ ਕੀ ਰੀਜ਼ਨ ਆਹ ਤਾਂ ਉਹਨਾਂ ਨੇ ਦੱਸੇ ਆ ਵੀ ਕਿਹੜੇ ਕਿਹੜੇ ਇੱਥੇ ਆ ਮਾਊਂਟੇਨ ਗੋਟ ਇੱਥੇ ਹੈਗੀ ਆ ਅਤੇ ਆ ਚੁੜੀਆਂ ਚੁੜੀਆਂ ਹੀ ਆ ਨੀਲੀ ਜੀ ਬੜੀ ਵਧੀਆ ਹੈ ਅਤੇ ਇੱਕ ਆ ਸਕੁਇਰਲ ਹੈਗੇ ਆ ਆਪਣੇ ਕੀ ਗਲਹਿਰੀਆਂ ਆ ਦਿੰਦੇ ਪਰ ਇਹਨਾਂ ਸਭ ਤੋਂ ਪਰੇ ਦੀ ਜਿਹੜੀ ਚੀਜ਼ ਆ ਵਾਹ ਵਾਹ ਉਹਨਾਂ ਲਿਖਿਆ ਵੀ ਇੱਥੇ ਤੁਹਾਨੂੰ ਐਕਸਪਲੋਸਿਵ ਵਗੈਰਾ ਔਨ ਦਾ ਮਾਊਂਟੇਨ ਹੈ ਨਾ ਵਾਰ ਹੈਡ ਇਹੋ ਜਿਹੇ ਤੁਹਾਨੂੰ ਮਿਲ ਸਕਦੇ ਆ ਬੜੀ ਗੱਲ ਆ ਇਫ ਯੂ ਫਾਈਂਡ ਵਾਰ ਹੈਡ ਔਰ ਪ੍ਰੋਜੈਕਟ ਆਈ ਡੂ ਦਾ ਫੋਲੋਇੰਗ ਵਾਰ ਹੈਡ ਯਾਰ ਮਿਸਲ ਵਗੈਰਾ ਦਾ ਕੋਈ ਪੀਸ ਵਗੈਰਾ ਵੀ ਮਿਲ ਸਕਦਾ ਕਮਾਲ ਦੀ ਗੱਲ ਆ ਵੀ ਹੈ ਗੋਲੀਆਂ ਮਿਲ ਸਕਦੀਆਂ ਇਹੋ ਜਿਹੇ ਵਾਰ ਹੈਡ ਯਾਨੀ ਕਿ ਮਿਜ਼ਾਈਲ ਵਗੈਰਾ ਦਾ ਕੋਈ ਹਿੱਸਾ ਵਗੈਰਾ ਵੀ ਤੁਹਾਨੂੰ ਇੱਥੇ ਕਦੀ ਆਈ ਨਾ ਕਿ ਇਹ ਇੱਦਾਂ ਕਿੱਥੇ ਪਹੁੰਚੇ ਹੋਊ ਇੱਥੇ ਕੋਈ ਟੈਸਟਿੰਗ ਹੋਈ ਹੋਊ ਕਰਦੇ ਹੋਣਗੇ ਚੀਜ਼ਾਂ ਦੀ ਜਾਂ ਪੁਰਾਣੇ ਵੇਲੇ ਦੀਆਂ ਸੋ ਕਮਾਲ ਦੀ ਗੱਲ ਆ ਹੈ ਆਹ ਵੇਖੋ ਹੁਣ ਆਹ ਟਰੇਲ ਬਣੀ ਉੱਦਾਂ ਇੱਥੋਂ ਤਾਂ ਜਾਣ ਦੀ ਵਿਊ ਪੁਆਇੰਟ 'ਤੇ 2.4 ਕਿਲੋਮੀਟਰ ਆ ਪੁੱਛਦਾ ਉਹਨੂੰ ਜੇ ਜਾਣ ਨੂੰ ਮੰਨਦਾ ਭੌਰ 'ਤੇ ਗੋਲੀਆਂ ਵਾਲਾ ਨਹੀਂ ਕੰਮ ਉੱਦਾਂ ਹੀ ਆ ਹੈ ਨਾ ਠੰਡ ਠੁੰਡ ਨਾ ਹੀ ਰੰਗ ਜਾਂ ਲੱਥਾ ਪਰ ਵੱਜੀਆਂ ਵੀ ਕੁਛ ਚੀਜ਼ਾਂ ਹੈਗੀਆਂ ਵਿੱਚ ਵੀ ਥੋੜ੍ਹੀ ਜਿਹੀ ਨਾ ਵੇਖੋ ਆਟੋ ਆ ਜਿਹਾ ਪਿਆ ਵਾ ਇੱਥੇ ਵੀ ਲੋਹਾ ਅੰਦਰ ਨੂੰ ਵੜਿਆ ਇਹ ਵੀ ਦੇਖੋ ਇੱਥੇ ਵੀ ਇਹ ਵਾਕਈ ਪਤਾ ਨਹੀਂ ਗੋਲੀਆਂ ਹੀ ਟੈਸਟ ਕੀਤੀਆਂ ਹੁੰਦੀਆਂ ਜਿਵੇਂ ਇੱਥੇ ਵੀ ਆ ਵੇਖੋ ਕਿੰਨਾ ਲੋਹਾ ਅੰਦਰ ਨੂੰ ਗਿਆ ਵੀ ਤੇਰੀ ਫੋਟੋ ਵਾਂਗੂ ਦੇਬੀ ਹੁਣ ਚੁੱਪ ਹੋ ਗਿਆ ਤੁਰਤੇ ਪਏ ਆ ਵਾਕ ਜੀ ਤੇ ਏਦਾਂ ਬਾਹਲਾ ਗਿੱਲਾ ਜਿਹਾ ਨਾ ਹੋਵੇ ਤੇ ਜੇ ਬਰਫ਼ ਬੁਰਫ਼ ਹੋਈ ਫਿਰ ਕੰਮ ਔਖਾ ਬੂਟ ਆਪਣੇ ਦੂਜੇ ਸਪੋਰਟਸ ਆ ਨਹੀਂ ਵੀ ਗੱਲ ਬਣਨੀ ਵਾਕ ਵਾਲੀ ਨਹੀਂ ਦੂਸਰੇ ਸ਼ੂਜ਼ ਚਾਹੀਦੇ ਆ ਇੱਥੇ ਆਪਣੇ ਸੱਟ ਲਵਾਵਾਂਗੇ ਡਿੱਗ ਕੇ ਹੈ ਨਾ ਗਏ ਤਾਂ ਗਏ ਲੋਕੀ
ਪਰ ਸ਼ੂਜ਼ ਉਹ ਦੂਸਰੇ ਟਰੈਕਿੰਗ ਵਾਲੇ ਹੋਣ ਨਾ ਬਰਫ਼ ਵਾਲੇ ਜਾਂ ਖੁੱਭਣ ਵਾਲੇ ਆਪਾਂ ਲੈਣੇ ਵੀ ਸੀ ਆਪਣਾ ਰਹਿ ਗਿਆ ਕੰਮ ਹੈ ਆਹੋ ਆਪਾਂ ਹੱਥ ਜੇਬਾਂ 'ਚ ਰੱਖਣੇ ਨਹੀਂ ਸ਼ੁਰੂ ਨੀ ਹੋਈ ਸੈਰ ਅਪਲੋਡ ਵਾਲੇ ਲੱਗ ਗਿਆ ਨੀ ਇਹ ਤਾਂ ਬੁਰਾ ਹਾਲ ਸੀਗਾ ਇਹਨੂੰ ਬਹੁਤ ਕੁਛ ਸਿਖਾਇਆ ਨਹੀਂ ਨਹੀਂ ਇਹ ਬੰਦਾ ਬਹੁਤ ਮਿਹਨਤੀ ਹੈ ਸਹੀ ਗੱਲ ਸੋ ਇਨ ਰਿਐਲਿਟੀ ਆੜੇ ਪੁਆਇੰਟ ਤੋਂ ਜੈਸਪਰ ਨੈਸ਼ਨਲ ਪਾਰਕ ਦੀ ਹੱਦ ਸ਼ੁਰੂ ਹੁੰਦੀ ਆ ਉਹ ਲਿਖਿਆ ਨਾਈਸ ਅਤੇ ਸਾਹ ਤਾਂ ਜਿਹੜੇ ਅਸੀਂ ਬਹੁਤ ਪੁੱਠੇ ਸਿੱਧੀਆਂ ਛਾਲਾਂ ਛੁਲਾਂ ਮਾਰ ਕੇ ਫੋਟੋਆਂ ਖਿਚਾ ਕੇ ਹਟੇ ਹਾਂ ਆਪਣੀ ਪਿਛਲੀ ਲੋਕੇਸ਼ਨ ਤੋਂ ਜਸਟ 2 ਕਿਲੋਮੀਟਰ ਦੇ ਦੂਰ ਸਹੀ ਆ ਇੱਕ ਵਧੀਆ ਰਿਜ਼ੋਰਟ ਜਿਹਾ ਬਣਿਆ ਪਿਆ ਅਤੇ ਇਹਦਾ ਨਾਂ ਹੈਗਾ ਕੋਲੰਬੀਆ ਆਈਸ ਫੀਲਡ ਅਤੇ ਸਾਹਮਣੇ ਆ ਗਲੇਸ਼ੀਅਰ ਇੱਥੇ ਆ ਗੋਲਡਨ ਈਗਲ ਵੀ ਕਹਿੰਦੇ ਐਕਸਪੈਕਟ ਕਰ ਸਕਦੇ ਹਾਂ ਉਹ ਮਾਊਂਟਨ ਗੋਟ 'ਤੇ ਹੁੰਦੀਆਂ ਹੀ ਆ ਨਾ ਉਹ ਪਿੱਛੇ ਵੀ ਦੱਸਿਆ ਇਹ ਅਤੇ ਗੋਲਡਨ ਈਗਲ ਬਹੁਤ ਜਾਣੀ ਕਿ ਬਹੁਤ ਤਕੜੇ ਸਾਈਜ਼ ਦੇ ਹੁੰਦੇ ਆ ਦੇਖ ਲਓ ਤੁਸੀਂ ਜਦੋਂ ਖੰਭ ਖਿਲਾਰਦਾ ਇਹ ਆਈ ਥਿੰਕ ਇਹਦਾ ਸਾਈਜ਼ ਮੈਨੂੰ ਲੱਗਦਾ ਵੀ ਚੱਲ ਜਾਂਦਾ ਹੋਣਾ 3-3 ਫੁੱਟ ਤੋਂ ਪਲੱਸ ਹੀ 3-4 ਫੁੱਟ ਤੋਂ ਇਹਦੀਆਂ ਅੱਖਾਂ ਹੀ ਬੜੀਆਂ ਸਟੈਚੂ ਦੀਆਂ ਰੀਲ ਜਿਹੀਆਂ ਲਾਈਆਂ ਅਤੇ ਉਹਨਾਂ ਦੱਸਿਆ ਵੀ ਇਹੋ ਜਿਹੇ ਰੈਬਿਟ ਰੂਬਟ ਇਹੋ ਜਿਹੀਆਂ ਚੀਜ਼ਾਂ ਫਿਰ ਚੱਕਲ ਜਾਂਦਾ ਅਗਲਾ ਆਪਣੇ ਪੰਜਾਂ 'ਚ ਫੇਵਰੇਟ ਸਨੈਕ ਲਿਖਿਆ ਉਹਨਾਂ ਨੇ ਸੇਵਰੀ ਸਨੈਕ ਇੱਥੇ ਵੀ ਪ੍ਰੈਫਰਡ ਸਨੈਕਸ ਆਫ ਦਿਸ ਲਾਰਜ ਰੈਪਟਰ ਕਾਫੀ ਬਲੈਕ ਮੇਰੇ ਵਾਸਤੇ ਆਸੇ ਪਾਸੇ ਬਰਫ਼ ਆ ਪਰ ਅੱਜ ਦਿਨ ਇੱਦਾਂ ਦਾ ਲੱਗਾ ਪਿਆ ਭਾਵੇਂ ਵੀ ਕੋਟੀ ਜਿਹੀ ਵੀ ਲਾ ਲਈਏ ਐਨ ਨਿੱਘ ਜਾ ਚੱਲ ਦੱਸ ਫਿਰ ਇਹ ਕਹਿੰਦੇ ਨੇ ਵੀ ਜਿਹੜੀ ਆ ਘੁੱਗੀ ਜੀ ਆ ਵੀ ਤੁਸੀਂ ਇੱਥੋਂ ਸ਼ੁਰੂ ਹੋ ਪਹਿਲਾਂ ਤੁਸੀਂ ਇਹਨੂੰ ਮਾਰਨਾ ਇਸ ਤਰ੍ਹਾਂ ਦੇ ਜੀਵ ਇਸ ਟਾਪੂ ਤੇ ਪਾਏ ਜਾਂਦੇ ਨੇ ਤੇ ਖਾਸ ਕਰਕੇ ਰਾਵਣ ਇਹ ਤਾਂ ਬਚਣਾ ਹੀ ਹੈ ਰਾਵਣ ਕਹਿੰਦੇ ਚੁੰਝ ਬਹੁਤ ਵੱਡੀ ਹੈ ਐ ਦਾ ਬਿਗੇਸਟ ਚੁੰਝ ਆਫ ਦਾ ਗ੍ਰੈਂਡ ਕਾਰਬਨਿਸਟ ਜੀ ਫੁੱਲ ਹੁੰਦੇ ਪਰ ਉਹ ਇੱਕ ਮੀਨਾਰ ਜੀ ਟਾਈਪ ਦਾ ਹੁੰਦਾ ਫੁੱਲ ਉਹਨੂੰ ਏਦਾਂ ਦੇ ਲੱਗਦੇ ਕਈ ਚੀਜ਼ਾਂ ਜਿਹੜੀਆਂ ਐਕਸਪਲੇਨ ਕਰਨੀਆਂ ਔਖੀਆਂ ਹੁੰਦੀਆਂ ਕੰਢੇ ਕੰਢੇ ਤੁਰੇ ਜਾਣ ਡੇ ਅਤੇ ਮੈਂ ਇੱਧਰ ਦੇਖ ਰਿਹਾ ਕਿ ਉੱਚੇ ਉੱਚੇ ਪਹਾੜ ਅਤੇ ਉਹਦੇ ਵਿੱਚ ਜਾਣੀ ਕਿ ਜਿਹੜੀ ਬਰਫ਼ਾਂ ਦੇ ਢੇਰ ਲੱਗੇ ਪਏ ਹਨ ਲੋਕੀ ਜਾਂਦੇ ਪਏ ਆਪਾਂ ਵੀ ਉਸੇ ਰਾਹੀਂ ਜਾਣਾ ਉੱਧਰ ਗਲੇਸ਼ੀਅਰ ਵਾਲੀ ਸਾਈਡ ਨੂੰ ਇਹ ਉਹਨਾਂ ਨੇ ਉਹ ਇਨਫੋਰਮੇਸ਼ਨ ਦਿੱਤੀ ਸੇਮ ਜੀ ਸਾਰੇ ਜਿੱਦਾਂ ਗਲੇਸ਼ੀਅਰ ਬਣਦੀ ਹੈ ਕਿ ਸਨੋਅ ਪੈਂਦੀ ਹੈ ਉਹ ਬਰਫ਼ ਫਿਰ ਪਿਘਲ ਕੇ ਥੱਲੇ ਆਉਂਦੀ ਹੈ ਨਹਿਰਾਂ ਬਣਦੀਆਂ ਉਹਦੇ ਤੋਂ ਕੁਦਰਤ ਤੋਂ ਪਾਰ ਕੁਝ ਵੀ ਇਹਦੇ ਨਾਲ ਬੰਦੇ ਨੂੰ ਨਾ ਥੰਬਨੇਲ ਦੇ ਉੱਪਰ ਲਿਖਣ ਨੂੰ ਕੋਈ ਆਈਡੀਆ ਨਹੀਂ ਆ ਰਿਹਾ ਕੀ ਲਿਖਾਂ ਭਾਜੀ ਕੁਦਰਤ ਤੋਂ ਪਾਰ ਨਾ ਕੁਝ ਬਣਾ ਲੇਕ ਮਰੀਨ ਤਾਂ ਜੈਸਪਰ ਵੀਡੀਓ ਬਣਾਉਣ ਦੇ ਟਾਈਮ ਲੱਗਦਾ ਮੈਂ ਉਹ ਨਹੀਂ ਚਾਹੁੰਦਾ ਵੀ ਥੰਬਨੇਲ ਤੇ ਕੁਝ ਹੋਰ ਹੋਵੇ ਵਿੱਚ ਕੁਝ ਹੋਰ ਹੋਵੇ ਆਹਾ ਸਾਹ ਚੜ ਗਿਆ ਫਿਰ ਚੜਾਈ ਤੇ ਉਹ ਸਾਹਮਣੇ ਗਲੇਸ਼ੀਅਰ ਤੇ ਇਹ ਵੀ ਉੱਦਾਂ ਪਿੱਛੇ ਲੋਕਾਂ ਦਾ ਟੂਰਿਸਟ ਗਾਈਡ ਜਾ ਰਿਹਾ ਸੀ ਉਹ ਦੱਸ ਰਿਹਾ ਸੀ ਵੀ ਇਹ ਸਾਰਾ ਪਾਰਟ ਗਲੇਸ਼ੀਅਰ ਦਾ ਰਿਹਾ ਪਹਿਲਾਂ
ਤੇ ਉਹ ਲੋਕੀ ਤੁਰ ਕੇ ਵੀ ਜਾਂਦੇ ਪਰ ਉਹ ਬੱਸਾਂ ਹੀ ਆ ਤੁਸੀਂ ਇੱਕ ਟਰੱਕ ਜਿਹਾ ਖਲੋਤਾ ਹੋਊਗਾ ਆਈ ਥਿੰਕ ਉਹ ਵੀ ਲੈ ਕੇ ਜਾਂਦੇ ਉੱਥੋਂ ਤੱਕ खुशी की गल तो है कि आप ग्लेशियर के उपर चल सकते हैं बसा च चल जाइना पर नाल दी नाल एक माड़ी खबर भी है कि मौसम बदल रहे कि आप ग्लेशियर तक पहुंच गए जिहड़ा राह बड़ा औखा होना चाहिए जिथे बंदे को बहुत कठिन होकर जाना चाहिए क्योंकि होंगे सी ना ग्लेशियर आप यही मनी ना ऊंचाइया के बड़े बर्फीले राह भी उत्थे जाना बड़ा औखा सो एक वरी करने वाली भी गल नालों नाल लो रेड लाते तेरे किसे दा बनया बनाया ही वह भी आहो महल ही चलाई है किसी ने आ देख लो हैगी कि नहीं वाकई वरी करने वाली गल 2006 इतों तक ही हौली बर्फ आ ग्लेशियर इतों तक से जो हौली हौली वह सुंगड़ गया है ना छोटा रह गया। एक गल होर बड़ी वधिया मैं पढ़ी सी पिछे जे कि जड़ी इन्हां दे बर्फ पई है ना जिहड़ा पानी पिघल के आ रहा ना सो इदां दी भी बर्फ उपर पई है जिहड़ी 400 साल पहला स्नोफॉल हुई सी सो हुण पिघल रही है इन्नी इन्नी पुरानी भी आइस पई रही है जी इन्ना टाइम लेंदी पिघल नूं वारी आउंदी है ना परत दर पर पिघलती है फिर उपर पै जाती है सो इदा काम चली जाता अहीं तां घेरे घेरे जे घूम के आ गए सानूं रस्ता ही नहीं लभ रहा उधर नूं जाण दा उत्थे ते चल साडा जाण दा प्लैन भी चेंज हो गया पर एक गुफा जी है बड़ी वधिया केव जी बनी ते उत्थों पानी इहदा ढलान भी सोहणी है पर इन्ने सानूं लगदा घुमा के फिर वापस ही लै चले तो बसा ही उत्थों तक लैके जाए उ ना ग्लेशियर तक लै जाए उपर तक हाँ वापस आते आते आप होर पिछे नूं आ गए हैं तो उन्होंने 1992 तक इतों तक सी ठीक है जी असीं ग्लेशियर से जा भी नहीं सकते तो गाइडड ग्रुप से उधर सिर्फ जा सकते ग्लेशियर उत्ते है ना वो जिहड़ा पिछे सी साडे उदों तुसीं वेख्या होगा कि ग्रुप जिहा सी इधरों दी आ उधरों दी हो जाते वाला साइन है ना जिथे आप देख के भी 1992 तक उ ग्लेशियर से पर यह भी सारा पार्ट ग्लेशियर का ही कदी रहा सारा ही इतने थले क्या 60-70 फुट थले होना तो प्लस उपर तक बर्फ होगी ना किन्ने किन्ने 100 फुट बर्फ जमी रही होगी इतने हूँ थोड़ा जहा हिस्सा बर्फ का उत्थे पई है बर्फ या इतने भी थोड़ी जी सो हूँ 1900 बर्फ तो आई थिंक पैंदी होगी या घट पैंदी होगी पर टैंपरेचर घटन करके सॉरी वधन करके 1900 जमदी नहीं होगी तो अगे वो देखो जिते खलोते हैं ना वो बंदे जो उ भी एक यह जहाँ 1992 लिखा वह जी बोर्ड उत्थे भी लगा वा उत्थे जाके आप देखते हैं भी कैड़ी सन तक उतों तक ग्लेशियर से आजा आजा उठ के नहीं नहीं एडा नहीं पैर अड़दे आ सैड एक दी ग्लेशियर सी है ना स्टिल अजे बड़ी कई फुट डूंगी बर्फ होनी है चलो मैं कल वाली वीडियो गया है भी काश आने वाली नस्ल बचियां रहन है ना भी जिहड़े नज़ारे बचे रहन हुण पता नहीं है ना बचे रहणगे कि नहीं बचे रहणगे ते फाइनली उन्होंने एक इत्थे छोटा जिहा मैप भी दिता भी ये ऐसा 2004 एक ग्लेशियर अथाबास्का पता नहीं किदां प्रोनाउंस करदे ना इत्थे 2006 जे इत्थों तक सी 99, 92, 79, 59, 54, 48 सो कित्थों तक सी ना 1883 सो इस तो लैके भी जदों अपनी पीक ते सी ना 2 किलोमीटर अगे होर वाइड सी 2 किलोमीटर पिछे नूं चला गया इदां बर्फ पिघल रही है जिन्नियां भी वैसटर्न कंट्रियां ना डिवेलप यूरोप हो गया अमेरिका कैनेडा हो गया हमेशा इंडिया या चाइना नूं ब्लेम कर दियां कि तुसीं कार्बन एमिशन घटाओ जिदा पिछे जो पैरिस होया सी एक हुण फिर समझौता सारियां कंट्रियां दा कि जिहड़ा टैंपरेचर आने वाले डिकेड लई जस्ट 1.5 डिग्री वधे
ਗਲੋਬ ਦਾ, ਪਰ ਕਰੋਨਾ ਦੇ ਟਾਈਮ 'ਤੇ ਕਹਿੰਦੇ ਸੀ ਕਿ ਸ਼ਾਇਦ ਉਹ ਅਚੀਵ ਹੋ ਜੇ, ਇਸ ਤੋਂ ਜ਼ਿਆਦਾ ਨਹੀਂ ਵਧਣਾ, ਪਰ ਫਿਰ ਆਉਂਦੇ ਆ ਵੀ ਨਹੀਂ ਉਹ ਨਹੀਂ ਵੀ ਡੇਢ ਨਹੀਂ 2 ਡਿਗਰੀ ਵੱਧੂਗਾ, ਜੋ ਉਹਨਾਂ ਨੇ ਤੈਅ ਕੀਤਾ ਸੀ ਉਹ ਤੋਂ ਵੱਧ ਹੋਊਗਾ। ਅਤੇ ਜਿੱਦਾਂ ਕਿਹਾ ਕਿ ਇੰਡੀਆ ਅਤੇ ਚਾਈਨਾ ਨੂੰ ਬਲੇਮ ਕਰਦੇ ਆ, ਪਰ ਆਪਣੇ ਇਹ ਤਰਕ ਦਿੰਦੇ ਆ ਕਿ ਮਹਾਰਾਜ ਵੀ ਸਾਡੇ ਤਾਂ ਹੁਣ ਤਰੱਕੀ ਹੋ ਰਹੀ ਹੈ, ਤੁਸੀਂ ਕਰ ਲਈਏ, ਸਾਡੇ ਰੋਡਸ ਬਣ ਰਹੀਆਂ, ਇਹ ਸਾਰਾ ਕੁਛ ਫੈਕਟਰੀਆਂ ਹੋ ਰਹੀਆਂ, ਵੀ ਤੁਸੀਂ ਇਹ ਚੀਜ਼ਾਂ ਤੁਸੀਂ ਜਿਹੜੇ ਦੌਰ 'ਚੋਂ 1700-1800 'ਚ ਲੰਘ ਚੁੱਕੇ ਹਾਂ ਅਸੀਂ, ਹੁਣ ਉੱਥੋਂ ਹੁਣ ਲੰਘ ਰਹੇ ਹਾਂ, ਅਸੀਂ ਆਪਣੀ ਤਰੱਕੀ ਥੋੜ੍ਹੀ ਰੋਕ ਸਕਦੇ ਹਾਂ। ਅਤੇ ਉਹਦੇ ਵਾਸਤੇ ਕਹਿੰਦੇ ਆ ਵੀ ਹਾਲੇ ਉਹਦੇ ਵਾਸਤੇ ਉਹ ਆਉਂਦੇ ਆ ਵੀ ਆਪਣੀਆਂ ਇਹ ਕੰਟਰੀਆਂ ਦੀਆਂ, ਇੰਡੀਆ ਚਾਈਨਾ ਉਹਨਾਂ ਕੰਟਰੀਆਂ ਨੂੰ, ਕਿ ਤੁਸੀਂ ਸਾਨੂੰ ਕੰਪਨਸੇਟ ਕਰੋ ਜਾਂ ਪੈਸੇ ਦਿਓ, ਹੈ ਨਾ, ਵੀ ਅਫਕੋਰਸ ਸਾਨੂੰ ਉਹਦਾ ਘਾਟਾ ਪੈਂਦਾ ਵਾ, ਸਾਨੂੰ ਜਿਹੜੀਆਂ ਚੀਜ਼ਾਂ ਦਾ, ਜੇ ਅਸੀਂ ਜਿੱਦਾਂ ਤੁਸੀਂ ਕਹਿੰਦੇ ਹਾਂ ਕਿ 1.5 ਡਿਗਰੀ ਟੈਂਪਰੇਚਰ ਰੱਖਣਾ, ਤੁਸੀਂ ਇੰਨੀ ਕਾਰਬਨ ਅਮਿਸ਼ਨ ਘਟਾਓ, ਕਾਰਬਨ ਅਮਿਸ਼ਨ ਕਹਿੰਦਾ ਮੈਂ ਤੁਹਾਨੂੰ ਹਰੇਕ ਤਰ੍ਹਾਂ ਦੀ ਕਾਫੀ ਚੀਜ਼ਾਂ 'ਚ ਤੁਹਾਨੂੰ ਕਟੌਤੀ ਕਰਨੀ ਪੈਣੀ, ਪਰ ਉਹਦੇ ਇੱਕ ਉਲਟੇ ਕੇ ਵੀ ਸੱਚਾਈ ਹੈਗੀ ਆ। ਕਹਿੰਦੇ ਆ ਕਿ ਜਿਹੜਾ ਪਰ ਪਰਸਨ ਕਾਰਬਨ ਅਮਿਸ਼ਨ ਆ ਉਹ ਵੈਸਟਰਨ ਵਰਲਡ ਦੇ ਵਿੱਚ ਕਿਤੇ ਹਾਈ ਹੈ, ਸਭ ਤੋਂ ਵੱਧ USA ਕੈਨੇਡਾ ਦੇ ਵਿੱਚ ਪਰ ਪਰਸਨ ਕਾਰਬਨ ਐਮਿਟ ਕਰਦਾ, ਕਿਉਂਕਿ ਇੱਥੇ ਹਰੇਕ ਬੰਦੇ ਕੋਲ ਸਹੂਲਤਾਂ ਜਾ ਰਹੀਆਂ, ਹਰੇਕ ਗੱਡੀ ਆ, ਗੱਡੀ ਚਲਾ ਰਿਹਾ ਉਹ ਉਹ 'ਚੋਂ ਕਾਰਬਨ ਅਮਿਸ਼ਨ ਹੋ ਰਹੀ ਹੈ, ਘਰਾਂ ਦੇ ਵਿੱਚ ਹਰੇਕ ਤਰ੍ਹਾਂ ਦੀ ਫੈਸਿਲਿਟੀਜ਼ ਯੂਜ਼ ਕਰ ਰਿਹਾ, ਪਰ ਇੰਡੀਆ ਦਾ ਅਤੇ ਆਪਣੇ ਚਾਈਨਾ ਦਾ ਥੋੜ੍ਹਾ ਜਿਹਾ ਤਾਂ ਵਾ ਓਵਰਆਲ ਆ ਜਾਂਦਾ ਕਿਉਂਕਿ ਆਬਾਦੀ ਵੱਧ ਹੋਣ ਕਰਕੇ, ਪਰ ਐਜ਼ ਏ ਪਰ ਪਰਸਨ ਬਹੁਤ ਘੱਟ ਆਪਾਂ ਕਰੀਦੀ ਆ ਕਾਰਬਨ ਅਮਿਸ਼ਨ। ਸੋ ਪਾਪੂਲੇਸ਼ਨ ਆਈ ਡੋਂਟ ਨੋ ਇੱਕ ਪ੍ਰੋਬਲਮ ਹੈਗੀ ਆ ਕਿ ਨਹੀਂ, ਪਰ ਸੋ ਫਾਰ ਮੈਂ ਜਿੰਨਾ ਕੁ ਮੈਂ ਇਹਦੇ ਬਾਰੇ ਜਾਣਕਾਰੀ ਜਿੰਨੀ ਕੁ ਮੇਰੇ ਕੋਲ ਆ ਅਤੇ ਜਿੰਨੀ ਕੁ ਮੈਂ ਨੈੱਟ ਤੋਂ ਦੇਖੀ ਆ ਵੀਡੀਓਜ਼ ਵਗੈਰਾ ਦੇ ਵਿੱਚੋਂ, ਉਹਦੇ ਵਿੱਚੋਂ ਸਭ ਤੋਂ ਵੱਧ ਮੈਨੂੰ ਲੌਜੀਕਲ ਗੱਲ ਇਹੋ ਹੀ ਲੱਗੀ ਹੈ ਕਿ ਜੇ ਧਰਤੀ ਦਾ ਟੈਂਪਰੇਚਰ ਘਟਾਉਣਾ ਵਾ ਅਤੇ ਉਹਦਾ ਬੈਸਟ ਸਲਿਊਸ਼ਨ ਹੈਗਾ ਕਿ ਸਾਰੀ ਦੁਨੀਆ ਵੀਗਨ ਹੋ ਜੇ, ਵੀ ਵੈਜੀਟੇਰੀਅਨ ਨਹੀਂ ਵੀਗਨ ਵੀ, ਅਤੇ ਇਟ ਮੀਨਸ ਉਹਦੇ ਵਿੱਚ ਡੇਅਰੀ ਪ੍ਰੋਡਕਟਸ ਵੀ ਬੰਦ ਹੋ ਜਾਣ, ਕਿਉਂਕਿ ਕਹਿੰਦੇ ਵੀ ਬਹੁਤ ਜ਼ਿਆਦਾ ਰਕਬਾ ਵਾ ਜਿਹੜਾ ਇਨਸਾਨੀ ਫੂਡ ਲਈ ਨਹੀਂ ਇੰਨਾ ਵਰਤਿਆ ਜਾਂਦਾ, ਜਿਹੜਾ ਜਿਹੜੀ ਖੇਤੀਬਾੜੀ ਹੁੰਦੀ ਹੈ ਨਾ ਉਹ ਸਭ ਤੋਂ ਵੱਧ ਹੁੰਦੀ ਆ ਮੀਟ ਪ੍ਰੋਡਕਸ਼ਨ ਲਈ ਅਤੇ ਡੇਅਰੀ ਪ੍ਰੋਡਕਸ਼ਨ ਲਈ। ਸੋ ਜੇ ਆਪਾਂ ਇਹ ਚੀਜ਼ਾਂ ਬੰਦ ਕਰ ਦਈਏ ਅਤੇ ਕਈ ਬਹੁਤ ਜ਼ਿਆਦਾ ਸਿਗਨੀਫਿਕੈਂਟਲੀ ਜਿੰਨੀ ਆਪਾਂ ਨੂੰ ਲੋੜ ਆ ਨਾ ਉਸ ਤੋਂ ਵੀ ਵੱਧ ਫਰਕ ਪੈਂਦਾ ਧਰਤੀ ਨੂੰ, ਅਤੇ ਉਹੜੇ ਤਰੀਕੇ ਨਾਲ ਤਾਂ ਆਪਾਂ ਵੀ ਜੇ ਕੰਟਰੀਬਿਊਟ ਨਹੀਂ ਕਰ ਰਹੇ, ਆਪਣਾ ਇਨਸਾਨੀ ਇੱਦਾਂ ਦੇ ਹੀ ਆਪਾਂ, ਹੈ ਨਾ, ਆਪਾਂ ਚੀਜ਼ਾਂ ਵਾਸਤੇ ਫੀਲ ਕਰੀਦਾ, ਰਿਮੋਰਸ ਕਰੀਦਾ, ਪਰ ਆਪਾਂ ਉਹ ਚੇਂਜ ਨਹੀਂ ਜ਼ਿੰਦਗੀ 'ਚ ਲੈ ਕੇ ਆਈਦੀ। ਮੇ ਬੀ ਇਨ ਫਿਊਚਰ ਮੇਰੇ ਵਰਗਾ ਵੀ ਲੈ ਹੀ ਆਵੇ, ਲੈਟਸ ਸੀ ਕੀ ਹੁੰਦਾ ਫਿਊਚਰ ਦੇ ਵਿੱਚ। ਉਹ ਉੱਥੇ ਆਪਣੀ ਲੱਗੀ ਗੱਡੀ ਪਾਰਕ, ਅਤੇ ਉੱਥੋਂ ਜਿੱਥੋਂ ਆਪਾਂ ਕੌਫੀ ਜੀ ਪੀਤੀ, ਫਿਰ ਅਸੀਂ ਰੋਡ ਦੇ ਕੰਢੇ ਕੰਢੇ ਤੁਰੇ ਆਏ, ਰੋਡ ਦੇ ਕੰਢੇ ਕੰਢੇ ਸਾਈਨ ਲੱਗੇ, ਉੱਥੇ ਵੀ ਲੱਗਾ ਵਾ ਵੀ ਇੱਥੇ ਗਲੇਸ਼ੀਅਰ ਕਦੋਂ ਸੀ, ਹੁਣ ਇੱਕ ਇੱਥੇ ਵੀ ਲੱਗਾ 1925, ਆਪਾਂ ਪਿੱਛੇ ਵੇਖ ਕੇ ਆਏ 2006, ਇੱਦਾਂ ਵੱਖ ਵੱਖ, ਹੈ ਨਾ। ਅਤੇ ਹੁਣ ਇਹ ਹਿਸਾਬ ਲਾ ਲਓ ਵੀ ਜਿੱਥੇ ਕਿਸੇ ਟਾਈਮ ਗਲੇਸ਼ੀਅਰ ਸੀ ਉੱਥੇ ਅੱਜ ਪੱਕੀ ਸੜਕ ਵੀ ਬਣ ਚੁੱਕੀ ਆ, ਪੱਕੀ ਸੜਕ ਛੱਡ ਕੇ ਕਾਰਾਂ ਦੀ ਪਾਰਕਿੰਗ ਵੀ ਬਣ ਚੁੱਕੀ ਹੈ, ਅਤੇ ਪੋਸੀਬਲ ਆ ਬੱਸਾਂ ਉਹਦੇ ਉੱਪਰ ਜਾ ਰਹੀਆਂ, ਅਤੇ ਪੋਸੀਬਲ ਆ ਕੱਲ੍ਹ ਨੂੰ ਉੱਥੋਂ ਤੱਕ ਵੀ ਸੜਕ ਪਹੁੰਚ ਜੇ, ਉੱਥੋਂ ਤੱਕ ਵੀ ਚੱਲ ਜੇ। ਸੋ ਮੇਨ ਮੁੱਖ ਦੀ ਗੱਲ ਇਹ ਆ ਕਿ ਜਿਹੜੇ ਹਿਸਾਬ ਨਾਲ ਸਾਰਾ ਕੁਛ ਅਲੋਪ ਹੋ ਰਿਹਾ ਨਾ ਭਾਈ, ਘੁੰਮ ਲਓ, ਮੈਨੂੰ ਲੱਗਦਾ 2040-50 ਦਾ ਕੋਈ ਵੀ ਨਹੀਂ ਬਚਣਾ ਜਿਹੜੇ ਹਿਸਾਬ ਨਾਲ ਸਪੀਡ ਫੜੀ ਆ, ਸਹੀ ਗੱਲ ਹਾਂ। ਸੋ ਭਾਈ ਘੁੰਮ ਲਓ ਭਾਈ, ਅਤੇ ਜਿਹੜੀ ਵੀਡੀਓ ਦੇ ਵਿੱਚ ਇੰਨਾ ਹੀ, ਕਿਉਂਕਿ ਕਾਫੀ ਕੁਛ ਰਿਕਾਰਡ ਕਰ ਲਿਆ, ਵੀਡੀਓ ਕਾਫੀ ਲੰਬੀ ਹੋ ਜਾਣੀ। ਸੋ ਇੱਥੋਂ ਹੁਣ ਅਸੀਂ ਅੱਗੇ ਚਾਲੇ ਪਾਉਂਦੇ ਹਾਂ, ਅੱਗੇ ਦੇਖਦੇ ਹਾਂ ਕਿਹੜੀ ਲੋਕੇਸ਼ਨ 'ਤੇ ਰੁਕਦੇ ਹਾਂ, ਅਤੇ ਉਹਦਾ ਆਪਾਂ ਇੱਕ ਡਿਫਰੈਂਟ ਵਲੌਗ ਬਣਾਵਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜਿਉਂਦੇ ਵਸਦੇ ਰਹੋ, ਖੁਸ਼ ਰਹੋ।